गुरदासपुर के एक नौजवान कुछ लोगों वालों किडनैप किया गया और उसकी बुरी तरह कुटमार की गई, जिस तों बाद उसनू किते होर लैके जाया जा रहा सी, पर रस्ते विच एक नाके ते उन्हां नू पुलिस ने काबू किया। इस संबंधी जानकारी देंदे क्रिस शर्मा ने दस्सा कि वह अते उसका दोस्त किते कम लई गए हुए सन ते जदों वह घर वापस आ रहे सन ते उन्हां दे पिछे एक स्विफ्ट गड्डी लगी, जिस तों बाद गड्डी सवार नौजवानां ने उन्हां नू फड़न दी कोशिश की। ਕ੍ਰਿਸ ਨੇ ਕਿਹਾ ਕਿ ਮੇਰਾ ਦੋਸਤ ਬਚ ਗਿਆ ਪਰ ਮੈਨੂੰ ਕਿਡਨੈਪ ਕਰ ਲਿਆ ਗਿਆ ਅਤੇ ਪਹਿਲਾਂ ਮੈਨੂੰ ਕੁੱਟਿਆ ਗਿਆ ਤੇ ਫਿਰ ਮੈਨੂੰ ਅਗਵਾ ਕਰਕੇ ਲਿਜਾ ਰਹੇ ਸਨ। ਰਸਤੇ ਵਿੱਚ ਇੱਕ ਨਾਕਾ ਆਇਆ ਜਿੱਥੇ ਕਿ ਗੱਡੀਆਂ ਦੀ ਚੈਕਿੰਗ ਹੋ ਰਹੀ ਸੀ, ਜਿਸ ਦੌਰਾਨ ਮੈਂ ਬਚਾਉਣ ਲਈ ਪੁਲਿਸ ਵਾਲਿਆਂ ਅੱਗੇ ਬੇਨਤੀ ਕੀਤੀ, ਜਿਸ ਤੋਂ ਬਾਅਦ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਪੀੜਤ ਕ੍ਰਿਸ ਅਤੇ ਉਸਦੀ ਮਾਤਾ ਨੇ ਇਨਸਾਫ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਹਾਂਜੀ ਭਾਅ ਜੀ, ਕੀ ਨਾਂ ਜੀ ਤੁਹਾਡਾ? ਕ੍ਰਿਸ਼ ਸ਼ਰਮਾ ਜੀ। ਹਾਂਜੀ, ਕੀ ਗੱਲਬਾਤ ਹੈ ਜੀ? ਸਾਰੀ ਗੱਲ ਪਤਾ ਜੀ, ਸਰ ਮੈਂ ਆਪਣੇ ਫਰੈਂਡ ਦੇ ਘਰ ਗਿਆ ਸੀ ਕੱਲ੍ਹ ਹੱਲੇ ਪਿੰਡ, ਉੱਧਰ ਵਾਪਸ ਆਉਣ ਡਿਆ, ਵਾਪਸ ਆਉਣ ਡਿਆ ਪੁਲਿਸ ਲੈਣ ਆਪਣੇ, ਅਤੇ ਪਿੱਛੋਂ ਗੱਡੀ ਲੱਗ ਗਈ ਸਾਡੇ ਮਗਰ ਸਵਿਫਟ, ਮੈਨੂੰ ਪਤਾ ਨਹੀਂ ਕੌਣ ਆਇਆ ਕੌਣ ਨਹੀਂ, ਸਵਿਫਟ ਗੱਡੀ ਲਾਈ ਇਹਨਾਂ ਨੇ ਮਗਰ, ਅਤੇ ਮੈਂ ਭੱਜ ਗਿਆ, ਦੂਜਾ ਮੁੰਡਾ ਵੀ ਭੱਜ ਗਿਆ, ਦੂਜਾ ਮੁੰਡਾ ਭੱਜ ਗਿਆ ਗਲੀ 'ਚ, ਇਹ ਸਾਰੇ ਜਣੇ ਮੇਰੇ ਪਿੱਛੇ ਆ ਗਏ, ਮੇਰੇ ਪਿੱਛੇ ਆ ਗਏ ਜਤਿੰਦਰ ਹੀ ਮੁੰਡਾ, ਜਤਿੰਦਰ ਹੀ ਮੁੰਡਾ ਮੁਲਾਜ਼ਮ, ਅਤੇ ਇੱਕ ਮੁੰਡਾ ਪ੍ਰਿੰਸ ਸੀ ਮੁੰਡਾ, ਅਤੇ ਬੜਾ ਦਾ ਮੁਲਾਜ਼ਮ ਸੀ, ਉਹ ਵੀ ਮੁਲਾਜ਼ਮ ਸੀ, ਦੋਵੇਂ ਜਣੇ ਮੁਲਾਜ਼ਮ ਸੀ, ਅਤੇ ਇੱਕ ਮੁੰਡਾ ਦਲਸ਼ੇਰ ਸਿੰਘ ਨਵੀਂ ਸੀ ਬਥਵਾਲੇ ਪਿੰਡ ਦਾ, ਹਰ ਤੋਂ ਬਥਵਾਲੇ ਦਾ, ਇੱਕ ਰੇਸ਼ਮ ਸੀ ਇਹਨਾਂ ਨਾਲ, ਅਤੇ ਇੱਕ ਮੁੰਡਾ ਹੋਰ ਸੀ ਦਿਲਰਾਜ ਮਹਾਰਾਜਪੁਰ ਦਾ। ਇਹ ਸਾਰੇ ਜਣੇ ਨੇ ਮੇਰਾ ਕੁੱਟਮਾਰ ਕੀਤੀ, ਪਹਿਲਾਂ ਕੁੱਟਮਾਰ ਕਰਕੇ ਗੱਡੀ 'ਚ ਪਾ ਲਿਆ, ਗੱਡੀ 'ਚ ਪਾ ਕੇ ਮੋਟਰ 'ਤੇ ਲੈ ਗਏ, ਉੱਥੇ ਫਿਰ ਕੁੱਟਮਾਰ ਕੀਤੀ, ਉੱਥੇ ਵੀ ਕੁੱਟਮਾਰ ਕਰਕੇ, ਅਤੇ ਫਿਰ ਮੈਨੂੰ ਅੱਗੇ ਗੱਡੀ 'ਚ ਪਾ ਕੇ ਅਤੇ ਉੱਧਰ ਨੂੰ ਲੈ ਗਏ ਪਠਾਨਕੋਟ ਵਾਲੀ ਸਾਈਡ। ਇਹਨੇ ਕੀ ਨਾਂ ਜਿਹੜਾ ਜਤਿੰਦਰ ਸੀ ਇਹਨਾਂ 'ਚ ਮੁਲਾਜ਼ਮ, ਇਹਦੇ ਕੋਲ ਆਪਣਾ ਪਿਸਤੌਲ ਸੀ, ਇਹਨੇ ਇੱਥੇ ਮੇਰੇ ਵੱਟ ਮਾਰੇ ਸਿਰ 'ਤੇ ਜਤਿੰਦਰ ਨੇ, ਅਤੇ ਜਿਹੜਾ ਇੱਧਰ ਰਾਜ ਮੁੰਡਾ ਸੀ ਅਮਰਾਜਪੁਰ ਵਾਲਾ, ਉਹ ਵੀ ਕਹਿੰਦਾ ਸੀ ਮੇਰਾ ਪਿਸਤੌਲ ਦਿਓ, ਪਿਸਤੌਲ ਦਿਓ, ਕਿੱਥੇ ਮੇਰਾ ਪਿਸਤੌਲ, ਇੰਨੀ ਗੱਲ ਹੋ ਗਈ ਹੈ ਜਦੋਂ, ਅਤੇ ਇਹ ਮੈਨੂੰ ਲੈ ਗਏ ਗੱਡੀ 'ਚ ਪਾ ਕੇ ਉੱਧਰ ਨੂੰ ਪਠਾਨਕੋਟ ਵਾਲੀ ਸਾਈਡ, ਰਸਤੇ 'ਚ ਕਥਲੋਰ ਪੁਲ 'ਤੇ ਨਾਕਾ ਆਇਆ, ਉੱਥੇ ਮੁਲਾਜ਼ਮ ਨੇ ਖਿਲਾਰ ਕੇ, ਮੁਲਾਜ਼ਮ ਨੇ ਸਾਰੀ ਗੱਲ ਦੱਸੀ, ਰੋਲਾ ਰੋਲਾ ਪਾਇਆ ਉੱਥੇ ਕਿ ਇੱਦਾਂ ਮੈਨੂੰ ਕਿਡਨੈਪ ਕਰਕੇ ਲੈ ਕੇ ਜਾਣ ਡੇ, ਅਤੇ ਮੁਲਾਜ਼ਮਾਂ ਨੇ ਫਿਰ ਮੈਨੂੰ ਹੋਸਪਿਟਲ ਕਰਿਆ, ਅਤੇ ਇਹਨਾਂ ਨੂੰ ਫਿਰ ਥਾਣੇ ਲੈ ਗਏ, ਮੁਲਾਜ਼ਮ ਬਾਅਦ 'ਚ ਗੁਰਦਾਸਪੁਰ ਇੰਤਲਾਹ ਕਰਕੇ ਉਹਨਾਂ ਨੇ ਤਾਂ ਮੈਨੂੰ ਇੱਥੇ ਭੇਜਿਆ। ਲਾਗਤ ਭਾਜੀ ਸਰ ਕੋਈ ਨਹੀਂ, ਇਹਨਾਂ ਨੇ ਇਹ ਮੇਰਾ ਫਰੈਂਡ ਹੀ ਕੋਈ, ਪਹਿਲਾਂ ਇਹਨਾਂ ਨੇ ਉਹਦੇ 'ਤੇ ਸੱਟਾਂ ਲਾਈਆਂ ਸੀ, 326 ਦਾ ਪਰਚਾ ਹੋਇਆ ਇਹਦੇ ਮੁੰਡੇ ਦੇ ਦਿਲਰਾਜ 'ਤੇ, ਇਹ ਉਹੀ ਲਾਗਤ ਭਾਜੀ ਨੇ ਕਿ ਤੂੰ ਇਹਦੀ ਮਦਦ ਕਰਦਾ, ਉਹਨਾਂ ਦੇ ਨਾਲ ਜਾਂਦਾ, ਅਤੇ ਉਹੀ ਲਾਗਤ ਭਾਜੀ ਜਿਨ੍ਹਾਂ ਨੇ ਇੱਦਾਂ ਮੈਨੂੰ ਕੱਲ੍ਹ ਕਿਡਨੈਪ ਕਰਕੇ ਇੱਦਾਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦਾ। ਰਾਤ ਦੀ ਗੱਲ 10:30 ਵਜੇ ਪਹਿਲਾਂ ਇਹਨਾਂ ਨੇ ਉੱਥੇ ਕੁੱਟਿਆ ਮਾਰਿਆ, ਗੱਡੀ 'ਚ ਪਾ ਕੇ ਫਿਰ ਗੱਡੀ 'ਚ ਕੁੱਟਿਆ ਮਾਰਿਆ, ਫਿਰ ਮੋਟਰ 'ਤੇ ਕੁੱਟਿਆ ਮਾਰਿਆ, ਲੱਤਾਂ ਲੁੱਤਾਂ ਫੜ ਕੇ ਇੱਧਰੋਂ ਡੰਗਾਂ ਡੂੰਗਾਂ ਮਾਰੀਆਂ, ਦਾਤਰ ਮਾਰੇ, ਲੋਹੇ ਦੀ ਰਾਡ ਨਾਲ ਕੁੱਟਿਆ। ਪੁਲਿਸ ਪ੍ਰਸ਼ਾਸਨ ਕੋਈ ਮੰਗ ਜਾਂਦੇ ਹਾਂ ਕਿ ਇਹ ਜਿਹੜੇ ਮੁਲਾਜ਼ਮ ਜਿਹੜੇ ਨਾਲ ਹੋ ਕੇ ਗੁੰਡਾਗਰਦੀਆਂ ਕਰਨ ਡੇ, ਅਤੇ ਇਹਨਾਂ ਨੂੰ ਫਿਰ ਲੋਕਾਂ ਨੂੰ ਇਹ ਕੀ ਬਚਾਉਣਗੇ, ਇਹਨਾਂ ਇਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏ ਅਤੇ ਨੱਥ ਪਾਈ ਜਾਏ ਇਹਨਾਂ ਨੂੰ। ਕਿੱਥੋਂ ਦੇ ਰਹਿਣ ਵਾਲੇ ਜੀ, ਕੀ ਗੱਲ ਹੋਈ? ਸਰ ਮੇਰਾ ਨਾਮ ਸ਼ੋਭ ਲਤਾ ਹੈ, ਪੁਲਿਸ ਲਾਈਨ ਕੁਆਟਰ ਨੰਬਰ 19A। ਸਰ ਉਹ ਗੱਲ ਦਾ ਮੈਨੂੰ ਨਹੀਂ ਪਤਾ, ਮੈਨੂੰ 3:15 ਫੋਨ ਆਇਆ ਕਥਲੋਰ ਨਾਕੇ ਤੋਂ। ਹਾਂਜੀ, ਉਹਨਾਂ ਨੇ ਦੱਸਿਆ ਵੀ ਇੱਦਾਂ ਦਾ ਤੁਹਾਡੇ ਬੇਟੇ ਦੇ ਸੱਟਾਂ ਲੱਗ ਗਈਆਂ ਅਤੇ ਲੱਗੀ ਰਹੀਆਂ, ਅਤੇ ਉਹਨੂੰ ਲੈ ਕੇ ਜਾ ਰਹੇ ਆ ਜੰਮੂ ਸਾਈਡ ਕਿਡਨੈਪ ਕਰਕੇ। ਹਾਂਜੀ ਹਾਂਜੀ। ਉਸ ਤੋਂ ਬਾਅਦ ਸਰ ਮੈਂ ਗਈ ਹਾਂ, ਕੋਈ 5 ਵਜੇ ਗਈ ਹਾਂ ਹੋਸਪਿਟਲ, ਉਹਨਾਂ ਨੇ ਕਿਹਾ ਵੀ ਸਰਕਾਰੀ ਹੋਸਪਿਟਲ ਲੈ ਕੇ ਚੱਲੇ ਹਾਂ ਮੈਡਮ, ਅਸੀਂ ਤੁਸੀਂ ਉੱਥੇ ਆ। ਸਰ ਬੇਟਾ ਉਸ ਟਾਈਮ 'ਤੇ ਉਹਨੂੰ ਟ੍ਰੀਟਮੈਂਟ ਕਰਾ ਕੇ ਅਤੇ ਉਹ ਥਾਣੇ ਲੈ ਕੇ ਗਏ, ਫਿਰ ਮੈਂ ਕਾਲ ਕੀਤੀ ਉਹਨਾਂ ਨੂੰ ਥਾਣੇ ਤਾਰਾਗੜ੍ਹ, ਉਹ ਕਹਿੰਦੇ ਵੀ ਮੈਡਮ ਇੱਥੇ ਆ ਜਾਓ ਤੁਸੀਂ ਥਾਣੇ ਆ ਜਾਓ। ਹਾਂਜੀ, ਫਿਰ ਮੈਂ ਹਾਂਜੀ ਸਰ ਇਹੋ ਦੱਸਿਆ ਵੀ ਇੱਦਾਂ ਇੱਦਾਂ ਕਿਡਨੈਪ ਮਾਰ ਕੋ ਕਟਾਈ ਕਰਕੇ ਅਤੇ ਕਿਡਨੈਪ ਕਰਕੇ ਲੈ ਕੇ ਜਾ ਰਹੇ। ਹਾਂਜੀ ਸਰ, ਇੱਕ ਦੋ ਜਣੇ ਨੂੰ ਜਾਣਨੀ ਹੈ। ਨਹੀਂ ਨਹੀਂ ਸਰ, ਮੈਨੂੰ ਨਹੀਂ ਪਤਾ, ਬੇਟੇ ਨੂੰ ਪਤਾ ਇਹ ਗੱਲ ਦਾ। ਅੱਜ ਸਾਡੇ ਨੋਟਸ 'ਚ ਆਇਆ ਵੀ ਇੱਥੇ ਨਾ ਇੱਕ ਕ੍ਰਿਸ ਲੜਕੇ ਨੂੰ ਜਿਹੜਾ ਹੈਗਾ ਕੁੱਟਮਾਰ ਹੋਈ ਸੀ ਅਤੇ ਉਹਨੂੰ ਕੁਝ ਮੁੰਡੇ ਚੁੱਕ ਕੇ ਲੈ ਗਏ ਸੀ, ਜਿਸ ਸੰਬੰਧੀ ਅੱਜ ਮੈਂ ਸਿਵਲ ਹਸਪਤਾਲ ਆਇਆ ਸੀ ਅਤੇ ਅਜੇ ਡਾਕਟਰ ਉਹਦਾ ਮੈਡੀਕਲ ਜਿਹੜਾ ਅਜੇ ਕਰਨਾ ਆ, ਅਤੇ ਉਹਦੇ ਪਿੱਠ 'ਤੇ ਸਰੀਰ ਦੇ ਹੋਰ ਹਿੱਸੇ 'ਤੇ ਸੱਟਾਂ ਲੱਗੀਆਂ ਬਲੰਟ ਟੈਪ,
तो असी जो बयान जरा कलमबंद कर रहे हैं तो जो भी यदि कार्रवाई बनती होगी असं सख्त तो सख्त कार्रवाई करेंगे। सर किन्होंने किया गुरदासपुर के मुंडे जिन्होंने चुकया या बार ये गुरदासपुर के आले दुआले पिंड ही मुंडे ने जिन्होंने कुटमार की है इस करके हम जो बयान च लिखाएगा जिन्ने बंद उन्होंने खिलाफ असं जो है एफ आई आर जरूर कह रहे कुछ मुलाजम ही ऑफ ड्यूटी मुलाजम कह रहे हैं कोई ऑफ ड्यूटी वाले पर असं उन्होंने वेरीफाई करेंगे बच्चे जरूरी करना है क्योंकि उन्होंने क्यों ब्लेम लग रहा वो भी वेरीफाई बच्चे ही करा बाकी ये बयान अनुसार ही कार्रवाई होगी। जो सर मुंडे काबू कर ले गए जो किडनैप करके लै गए उन्होंने असं जो है काबू किया राउंड अप किया है हम ये बयान तो बाद अगली जो एक्शन लिया जाएगा।